ਉਸੇ ਪ੍ਰੈਸ ਕਲੱਬ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ? ਮੈਂ ਪ੍ਰੈਸ ਕਲੱਬ ਦੇ ਇਨਵੀਟੇਸ਼ਨ ਤੇ ਆਇਆ ਹੈਗਾ ਔਰ ਮੈਂ ਬਹੁਤ ਹੀ ਖੁਸ਼ ਹੈਗਾ। ਮੈਨੂੰ ਜੋ ਵਾਰ ਵੈਲਕਮ ਇੱਥੇ ਮਿਲਿਆ ਔਰ ਮੇਰੇ ਪੁਰਾਣੇ ਸਾਥੀ ਵੀ ਇੱਥੇ ਦਿਖਾਈ ਦਿੱਤੇ ਔਰ ਪ੍ਰੈਸ ਦੇ ਜਿਹੜੇ ਜਦੋਂ ਮੈਂ ਅੱਡਾ ਬੋਲਣ 'ਤੇ 2011 ਜੁਲਾਈ ਸੀ ਉਹਨਾਂ ਨੂੰ ਮੈਂ ਦੇਖ ਰਿਹਾ ਸੀ। ਅੱਜ ਉਸ ਕੰਪਨੀ ਬਾਕਸ ਤੋਂ ਯਾਤਰਾ ਸ਼ੁਰੂ ਕੀਤੀ ਸੀ ਅਤੇ ਅੱਜ ਬਹੁਤ ਸਾਰੇ ਸਾਥੀ ਮਿਲੇ। ਬਹੁਤ ਅੱਛਾ ਲੱਗਾ ਸਾਰਿਆਂ ਨੂੰ ਦੇਖ ਕੇ ਔਰ ਜਿੰਨਾ ਸਾਰਾ ਪ੍ਰੈਸ ਕਲੱਬ ਨੇ ਮੇਰਾ ਸਵਾਗਤ ਕੀਤਾ ਮੈਂ ਦਿਲ ਦੀ ਗਹਿਰਾਈਆਂ ਤੋਂ ਉਹਨਾਂ ਦਾ ਆਦਰ ਕਰਦਾ ਹੈਗਾ, ਸਨਮਾਨ ਕਰਦਾ। ਸਰ ਪ੍ਰੈਸ ਕਲੱਬ ਵੱਲੋਂ ਕੁਛ ਬੇਨਤੀ ਕੀਤੀ, ਰਿਕੁਐਸਟ ਕੀਤੀ ਗਈ ਹੈ ਸਾਡੇ ਕਿਉਂ ਨਹੀਂ ਸੋਚਿਆ ਜਾਏਗਾ? ਪ੍ਰੈਸ ਦਾ ਕੰਮ ਹੈਗਾ ਮੇਨ ਪਿੱਲਰ ਹੁੰਦੀ ਹੈ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣੀ, ਆਪੋਜੀਸ਼ਨ ਕੀ ਕਰ ਰਹੀ ਹੈ ਸਰਕਾਰ ਤੱਕ ਪਹੁੰਚਾਉਣੀ, ਪਬਲਿਕ ਇੰਪੋਰਟੈਂਟ ਹੈ। ਤੋ ਮੈਂ ਤਾਂ ਹਮੇਸ਼ਾ ਹੀ ਪ੍ਰੈਸ ਦੇ ਨਾਲ ਖੜਾ ਰਿਹਾ ਹੈਗਾ। ਜਿਹੜੀ ਇਹਨਾਂ ਨੇ ਮੁਸ਼ਕਿਲਾਂ ਕੀਤੀਆਂ, ਇੱਕ ਤੋਂ ਛੋਟਾ ਜਿਹਾ ਫੰਡ ਹੈਗਾ ਕੋਈ ਕਹਿ ਰਹੇ 12-15 ਲੱਖ ਦਾ ਹੈਗਾ, ਉਹ ਤਾਂ ਮੈਂ ਇਮੀਡੀਏਟਲੀ ਕਿਹਾ ਹੈਗਾ ਪ੍ਰਧਾਨ ਜੀ ਨੂੰ ਮੇਰੇ ਕੋਲ ਆਉਣਗੇ ਉਸੇ ਦਿਨ ਫਾਈਲ ਕਰਕੇ ਪੀ ਓ ਸਾਹਿਬ ਨਾਲ ਗੱਲ ਕਰਕੇ ਤੁਹਾਨੂੰ ਮੈਂ ਰੀਚ ਕਰਾਂਗਾ। ਤਾਂ ਜਿਹੜੇ ਛੋਟੇ ਮੋਟੇ ਕੰਮ ਹੈ ਤਾਂ ਕਿ ਆਪ ਪ੍ਰੈਸ ਕਲੱਬ ਦੇ ਕਰਵਾ ਸਕਦਾ, ਜਿਹੜੇ ਕੰਮ ਕਰਵਾਉਣੇ ਕਰਵਾ ਲੈਣਾ। ਉਹਦੇ ਬਾਵਜੂਦ ਡਿਮਾਂਡ ਹੈਗੀ ਸੀ ਕਿ ਹਰ ਵਿਅਕਤੀ ਵਾਸਤੇ ਘਰ ਹੋਣਾ ਚਾਹੀਦਾ ਹੈ। 90% ਲੋਕ ਹੈ ਪ੍ਰੈਸ ਦੇ ਜਿਹਨਾਂ ਕੋਲ ਆਪਣਾ ਘਰ ਨਹੀਂ ਹੈ। ਬੜਾ ਅੱਛਾ ਕਿ ਤੁਸੀਂ ਸਾਰੇ ਆ ਗੱਲ ਸੋਚਦੇ ਹੋ ਮੇਰੇ ਤੱਕ ਪਹੁੰਚਾਈ ਹੈ। ਜਿੰਨਾ ਪ੍ਰਯਾਸ ਹੋਏਗਾ ਮੈਂ ਕਰਾਂਗਾ। ਫਲੈਟਸ ਇੱਕ ਐਸੀ ਕਲੋਨੀ ਜਾਂ ਪ੍ਰੈਸ ਕਲੋਨੀ ਬਣ ਜਾਏ, ਗੌਰਮੈਂਟ ਰੇਟ 'ਤੇ ਉਹ ਪ੍ਰੋਵਾਈਡ ਕੀਤੇ ਜਾਣ, ਪਲੋਟ ਪ੍ਰੋਵਾਈਡ ਕੀਤੇ ਜਾਣ, ਜਾਂ ਉਸ ਜਗ੍ਹਾ ਦੇ ਉੱਤੇ ਫਲੈਟ ਬਣਾ ਕੇ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰੀਏ। ਨੋ ਪ੍ਰੋਫਿਟ ਨੋ ਲੋਸ, ਠੀਕ ਹੈ। ਆ ਪੂਰਾ ਮੇਰਾ ਪ੍ਰਯਾਸ ਰਹੇਗਾ ਕਿ ਪ੍ਰੈਸ ਕਲੱਬ ਨੂੰ ਅੰਮ੍ਰਿਤਸਰ 'ਚ ਇੱਕ ਪ੍ਰੈਸ ਕਲੋਨੀ 'ਤੇ ਦੇ ਦੇਈਏ ਜਾਂ ਪ੍ਰੈਸ ਕਰੀ ਦੇਈਏ। ਨਾ ਰਹਿਣ ਦਾ ਅੱਜ ਜ਼ਿੰਮੇਵਾਰੀ ਮੇਰੀ ਰਹੇਗੀ, ਮੈਂ ਜਲਦੀ ਤੋਂ ਜਲਦੀ ਆ ਵੀ ਮਸਲੇ ਨੂੰ ਹੱਲ ਕਰਾਂਗਾ। ਔਰ ਪਿੱਛੇ ਪਾਰਕ ਦੀ ਗੱਲ ਮੈਨੂੰ ਦੱਸ ਰਹੇ ਸੀ, ਬੈਕ ਸਾਈਡ ਪਾਰਕ ਹੈ, ਮੇਨਟੇਨ ਹੋਣ ਵਾਲਾ, ਲੈਂਡਸਕੇਪਿੰਗ ਹੋਣ ਵਾਲੀ ਹੈਗੀ ਹੈ ਔਰ ਇੱਕ ਪੂਰਤੀ ਪ੍ਰਵੀਆ ਰੱਖੀ ਹੈ। ਜਿੱਦਾਂ ਜਿੱਦਾਂ ਫੰਡ ਆਉਂਦੇ ਰਹਿਣਗੇ ਟਰੱਸਟ ਕੋਲ ਤਾਂ ਮੇਰਾ ਧਿਆਨ ਰਹੇਗਾ, ਤੁਸੀਂ ਲੋਕ ਮੈਨੂੰ ਮਿਲਦੇ ਰਹੋਗੇ, ਮੈਂ ਕਰਦਾ ਰਹਾਂ। ਆਪਣਾ ਆਹ ਸਾਰੀ ਜ਼ਿੰਮੇਵਾਰੀ ਹੁਣ ਮੇਰੀ ਹੈਗੀ ਹੈ, ਬਸ ਮੇਰੇ ਧਿਆਨ 'ਚ ਲਿਆਉਂਦੇ ਚਲੇ ਜਾਣਾ ਟਾਈਮ ਟੂ ਟਾਈਮ, ਮੈਂ ਉਹਨੂੰ ਕਰ ਦਿੰਦਾ। ਪਰ ਸਾਹਿਬ ਇੱਕ ਸਵਾਲ, ਕਿਉਂਕਿ ਪੱਤਰਕਾਰਾਂ ਦੀ ਲਾਈਫ ਇਸ ਤਰ੍ਹਾਂ ਦੀ ਹੁੰਦੀ 24 ਘੰਟੇ ਆਉਣਾ ਹਰ ਖਬਰ ਨੂੰ ਦੇਖਣਾ ਪੈਂਦਾ। ਹਾਂਜੀ, ਕੁਛ ਇੱਕ ਦਿਨ ਐਸਾ ਹੁੰਦਾ ਜਦੋਂ ਅਸੀਂ ਸਾਰੇ ਪੱਤਰਕਾਰ ਬਹਿ ਕੇ ਆਪਣੇ ਵਿਚਾਰ ਪ੍ਰਗਟ ਕਰ ਸਕਦੇ, ਠੀਕ ਹੈ। ਕਈ ਵਾਰ ਢਾਂਚਾ ਬਣਿਆ ਸਾਡਾ, ਹਾਂ, ਜਿਹਨੂੰ ਤੁਸੀਂ ਚਾਰ ਚੰਦ ਲਾਉਂਦੇ ਹਾਂ, ਲਿਖਾ ਕੇ ਲਾਏ, ਤੁਹਾਡੇ ਹੱਥਾਂ ਵਿੱਚ ਸਾਡੀ ਇੱਕ ਜਿਹੜੀ ਮੈਂਟੈਲਿਟੀ ਹੈ, ਜਿਹੜੀ ਪ੍ਰੈਸ਼ਰ 'ਚ ਰਹਿੰਦੀ ਹੈ, ਆਪਣੀ ਠੀਕ ਵੀ ਕਰਨਾ ਸੀ, ਤੁਹਾਡੇ ਹੱਥ ਸਾਰੇ ਸਾਰਾ। ਨਹੀਂ ਬਿਲਕੁਲ, ਮੈਂ ਜਿੰਨਾ ਆਪਣੇ ਵੱਲੋਂ ਪ੍ਰਯਾਸ ਕਰ ਸਕਿਆ ਮੈਂ ਕਰਾਂਗਾ। ਜੇ ਤੁਸੀਂ ਮੈਨੂੰ ਬੁਲਾਉਂਦੇ ਰਹੋਗੇ ਤਾਂ ਮੈਂ ਆਉਂਦਾ ਵੀ ਰਹਾਂਗਾ, ਤੁਹਾਡੇ ਨਾਲ ਮਿਲਦਾ ਵੀ ਰਹਾਂਗਾ, ਜਿਹੜੀਆਂ ਛੋਟੀਆਂ ਮੋਟੀਆਂ ਸਮੱਸਿਆਵਾਂ ਹੈਗੀਆਂ ਤੁਹਾਡੀਆਂ ਮੈਂ ਹੱਲ ਕਰਦਾ। ਥੈਂਕ ਯੂ।